ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਕਿ ਪ੍ਰੀਵਾਰਡ ਪੇਪਰ ਸ਼ੁਰੂ ਹੋਣ ਵਾਲੇ ਨੇ ਤੇ +2 ਕਲਾਸ ਦੇ ਪ੍ਰੀਵੋਡ ਪੇਪਰ ਸਾਰੇ ਮੈਂ ਇਸ ਚੈਨਲ ਤੇ ਅਪਲੋਡ ਕਰੂੰਗਾ ਜੇਕਰ ਇਹ ਪੇਪਰ ਨੂੰ ਡਾਊਨਲੋਡ ਕਰਨਾ ਤੁਹਾਨੂੰ ਦੱਸਾਂਗਾ ਕਿੱਦਾਂ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਤੁਹਾਨੂੰ ਜਿਹੜਾ ਜਿਹੜਾ ਤੁਹਾਨੂੰ ਜਿਹੜਾ ਵਾ ਲਿੰਕ ਆ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਏਗਾ ਤੇ ਬਾਕੀ ਮੈਂ ਤੁਹਾਨੂੰ ਇੱਥੇ ਸ਼ੋ ਵੀ ਕਰਾ ਰਿਹਾ ਆ ਵਾ ਤੁਸੀਂ ਫੋਲੋ ਕਰ ਸਕਦੇ ਹੋ GS study tips 01 ਠੀਕ ਹੈ 01 ਜਿਹੜਾ ਵਾ ਉਹ ਡੋਮੇਨ ਦਾ ਨੇਮ ਹੈ ਠੀਕ ਹੈ ਮਤਲਬ ਯੂਜ਼ਰ ਨੇਮ ਹੈ ਤਾਂ ਹਾਂ ਜੀ ਦੋਸਤੋ ਭਾਗ ਊੜੇ ਵਿੱਚ ਸਾਡੇ ਕੋਲ ਬਹੁਤ ਕਾਪੀ ਕੁਐਸਚਨ ਜਿਹੜੇ ਆਉਣੇ ਨੇ ਟੋਟਲ 100 ਅੰਕ ਦਾ ਤੁਹਾਡਾ ਪੇਪਰ ਆ ਇਹ ਤੁਸੀਂ ਦੇਖ ਲਓ ਮੈਂ ਤੁਹਾਨੂੰ ਇਹ ਐਕਸਪਲੇਨ ਨਹੀਂ ਕਰੂੰਗਾ ਮੈਂ ਤੁਹਾਨੂੰ ਪੇਪਰ ਵੱਲ ਲੈ ਕੇ ਚੱਲੂੰਗਾ ਭਾਗ ਊੜੇ ਦੀ ਜੇਕਰ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਫਾਗੂੜੇ ਵਿੱਚ ਇੱਕ ਇੱਕ ਨੰਬਰ ਦੇ ਨੇ 20 ਅੰਕ ਦੇ ਟੋਟਲ ਨੇ ਠੀਕ ਹੈ ਬਾਕੀ ਇਹਦਾ ਜੇਕਰ ਤੁਸੀਂ ਪੂਰਾ ਸੋਲਵ ਚਾਹੁੰਨੇ ਹੋ ਠੀਕ ਹੈ ਪੂਰਾ ਸੋਲਵ ਚਾਹੁੰਨੇ ਹੋ ਸਾਰੇ ਆਨਸਰ ਤੁਹਾਨੂੰ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਮਿਲਣ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਵੱਧ ਵੱਧ ਕਮੈਂਟ ਹੋਣਗੇ ਤਾਂ ਮੈਂ ਇਹਨਾਂ ਦਾ ਆਨਸਰ ਵੀ ਜਰੂਰ ਲੈ ਕੇ ਆਉਂਗਾ ਠੀਕ ਹੈ ਬਾਕੀ ਉਹਨਾਂ ਦਾ ਪੇਪਰ ਵੱਲ ਚੱਲਦੇ ਹਾਂ ਯੂਨਾਨੀਆਂ ਨੇ ਪੰਜਾਬ ਨੂੰ ਕੀ ਕਿਹਾ ਸੀਗਾ ਤਾਂ ਇਹਦਾ ਬਿਲਕੁਲ ਆਨਸਰ ਪੈਂਟਾਪਟਾਮੀਆ ਵਾ ਠੀਕ ਹੈ ਵਿੱਚ ਵਿੱਚ ਤੁਹਾਨੂੰ ਮੈਂ ਦਾ ਸੰਦੀ ਕੋਸ਼ਿਸ਼ ਵੀ ਕਰੂੰਗਾ 1604 ਹੈ ਗੁਰਨਾਥ ਕੀ ਦੀ ਬਗਦਾਦ ਵਿਦਗੇ ਕਿਸਦੇ ਨਾਲ ਮੁਲਾਕਾਤ ਹੋਈ ਬਾਕੀ ਤੁਸੀਂ ਜੇਕਰ ਇਹਦਾ ਆਨਸਰ ਦੇ ਸਕਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਆਨਸਰ ਦਿਓ ਨਹੀਂ ਤਾਂ ਮੇਰਾ ਸਟਾਈਲ ਟਿਪਸ ਜਰੂਰ ਇੱਕ ਯੂਜ਼ਰ ਨੇਮ ਤੇ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਲਿਓ ਉੱਥੇ ਮੈਨੂੰ ਇਹਨਾਂ ਦੇ ਆਨਸਰ ਵੀ ਦੱਸ ਸਕਦੇ ਹੋ ਠੀਕ ਹੈ ਤੇ ਜਿਹੜੇ ਆਨਸਰ ਦੱਸੇਗਾ ਉਹਦਾ ਦੀ ਮੈਂ ਜਰੂਰ ਨਾਮ ਜਿਹੜਾ ਵਾ ਉਸ ਚੈਨਲ ਤੇ ਲਾਉਂਗਾ ਤੇ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਵੀ ਦਵਾਂਗਾ ਠੀਕ ਹੈ ਤਾਂ ਲਗਾਤਾਰ ਦੇਖੋ ਪੇਪਰ ਠੀਕ ਹੈ ਇਹ ਜਿਹੜਾ ਮਾਡਲ ਟੈਸਟ ਪੇਪਰ ਆ ਪ੍ਰੀਵੋਡ ਦਾ ਠੀਕ ਹੈ ਪ੍ਰੀਵੋਡ ਦਾ ਮਾਡਲ ਟੈਸਟ ਪੇਪਰ ਹੈ ਤੇਨੂੰ ਡਾਊਨਲੋਡ ਕਰਨਾ ਡਿਸਕ੍ਰਿਪਸ਼ਨ ਵਿੱਚ ਲਿੰਕ ਮਿਲ ਜੂਗਾ ਉੱਥੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਤੇ 20 ਕੁਐਸਚਨ ਹੋਗੇ ਸਾਡੇ ਭਾਗੂੜੇ ਦੇ ਆੜੇ ਵਿੱਚ ਸਾਡੇ ਕੋਲੇ ਆਗੇ ਵਸਟਨਿਸ਼ ਪ੍ਰਸ਼ਨਾਂ ਵਿੱਚ ਖਾਲੀ ਥਾਂਵਾ ਬਾਰੀ ਦਬਾਬ ਨੂੰ ਵੀ ਕਿਹਾ ਜਾਂਦਾ ਹੈ ਸ੍ਰੀ ਗੋਰਾਮਦਾਸ ਜੀ ਦਾ ਮੁੱਢਲਾ ਨਾਮ ਕੀ ਸੀ ਸ੍ਰੀ ਗੁਰੂ ਹਰਾਈ ਜੀ ਦੇ ਪਿਤਾ ਦਾ ਨਾਮ ਜਸਵੰਤਰਾਓ ਹੋਲਕਰ ਡੈਸ਼ ਇਸ ਵਿੱਚ ਪੰਜਾਬ ਆਇਆ ਗੁਰੂ ਕਾ ਬਾਜ਼ਾਰ ਡੈਸ਼ ਸ਼ਹਿਰ ਹੈ ਅੱਗੇ ਠੀਕ ਗਲਤ ਆਗੇ ਭਾਗੀੜੀ ਵੀ ਸਾਡੇ ਕੋਲ ਕੁਐਸਚਨ ਆਨਸਰ ਆਗੇ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਕਿ ਤੁਸੀਂ ਵੱਤ ਤੋਂ ਵੱਤ ਨੰਬਰ ਕਿਦਾਂ ਲੈ ਸਕਦੇ ਹੋ ਇਹਨਾਂ ਪੇਪਰਾਂ ਦੇ ਵਿੱਚ ਕਿਦਾਂ ਤੁਸੀਂ ਕੁਐਸਚਨ ਦਾ ਆਨਸਰ ਲਿਖਣਾ ਵਾ ਕਮੈਂਟ ਕਰੋਗੇ ਤਾਂ ਉਹਦਾ ਉਹਦੀ ਵੀਡੀਓ ਵੀ ਲੈ ਕੇ ਆਉਂਗਾ ਈਡੀ ਵਿੱਚ ਸੱਸੇ ਵਿੱਚ ਆ ਕੇ ਸਾਡੇ ਕੋਲ 10 ਨੰਬਰ ਦਾ ਪੇਪਰ ਪੈਰਾਗ੍ਰਾਫ ਇਹਨਾਂ ਵਿੱਚ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਠੀਕ ਹੈ ਜਿਹੜੇ ਉੱਪਰ ਪੈਰਾਗ੍ਰਾਫ ਆਇਆ ਉਹ 10th ਥੱਲੇ ਸਾਡੇ ਕੋਲ ਆ ਗਿਆ ਇੱਕ ਹੋਰ ਪੈਰਾਗ੍ਰਾਫ ਇਹਨੂੰ ਵੀ ਤੁਸੀਂ ਪੜ੍ਹਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਤੇ ਥੱਲੇ ਆਨਸਰ ਦੇਣੇ ਬਹੁਤ ਸੌਖਾ ਪੇਪਰ ਹੈ ਤੇ ਭਾਗ ਕ ਦੇ ਵਿੱਚ ਸਾਡੇ ਕੋਲ ਕੀ ਹੈ ਸਭ ਤੋਂ ਪਹਿਲਾਂ ਅਸੀਂ ਹਾਏ ਭਾਗ ਦੀ ਗੱਲ ਕਰਦੇ ਹਾਂ ਦੋ ਪ੍ਰਸ਼ਨ ਕਰਨੇ ਨੇ ਵੱਡੇ ਨੇ ਇਹ ਠੀਕ ਹੈ 5-5 ਨੰਬਰ ਦੇ ਤਤਕਾਲੀਨ ਕਾਰਨ ਕਿਉਂਕਿ ਸ਼੍ਰੀ ਗੁਰੂ ਅਰਜਨ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਕਾਰਨ ਨੇ ਜਿਹੜੇ ਉਹ ਹਮੇਸ਼ਾ ਹੀ ਪੇਪਰ ਦੇ ਵਿੱਚ ਆਉਂਦੇ ਨੇ ਤਤਕਾਲੀਨ ਕਾਰਨ ਵੀ ਪੁੱਛੇ ਜਾ ਸਕਦੇ ਆ ਬਾਕੀ ਵੀ ਤਤਕਾਲੀ ਕਾਰਨ ਸਿਰਫ ਇੱਕ ਹੀ ਹੁੰਦਾ ਵਾ ਠੀਕ ਆ ਉਹਨੂੰ ਐਕਸਪਲੇਨ ਕਰਨਾ ਲਗਾਤਾਰ ਤੁਸੀਂ ਚੰਗੇ ਤਰੀਕੇ ਦੇ ਨਾਲ ਠੀਕ ਹੈ ਤੇ ਇਸ ਤੋਂ ਇਲਾਵਾ ਜੇਕਰ ਮੈਂ ਅੱਜ ਗੱਲ ਕਰਾਂ ਤਾਂ ਸਾਡੇ ਕੋਲ ਥੱਲੇ ਜਿਹੜੇ ਮੀਨ ਮਨੂ ਦੀਆਂ ਆਸਫਲਤਾਵਾਂ ਆ ਗਈਆਂ ਮਰਨਜੀਤ ਸਿੰਘ ਦੀ ਨਿਆ ਪਰਨਾਲੀ ਆ ਗਈ ਦੇਖੋ ਵੈਸੇ ਬਹੁਤ ਛੋਟਾ ਪ੍ਰਸ਼ਨ ਬਣੂ ਲੇਕਿਨ ਤੁਸੀਂ 5 ਨੰਬਰ ਦੇ ਹਿਸਾਬ ਨਾਲ ਐਕਸਪਲੇਨ ਕਰਨਾ ਇਹਨੂੰ ਕੱਕੇ ਵਿੱਚ ਸਾਡੇ ਕੋਲ ਆ ਗਿਆ ਨਕਸ਼ਾ ਜੋੜਾ ਕਿ ਤੁਹਾਡੇ ਕੋਲ 15 ਨੰਬਰ ਦਾ ਠੀਕ ਹੈ 5 ਨੰਬਰ ਹੈਗੇ ਨੇ ਵਿਆਖਿਆ ਦੇ 10 ਨੰਬਰ ਦੇ ਸਟਾਉਨ ਦੇ ਜੇਕਰ ਤੁਸੀਂ ਚਾਹੋਗੇ ਮੈਂ ਨਕਸ਼ਾ ਵੀ ਇੱਕ ਇੱਕ ਕਰਕੇ ਕਰਵਾਵਾਂ ਤੁਹਾਨੂੰ ਤਾਂ ਕਮੈਂਟ ਕਰ ਸਕਦੇ ਹੋ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਫੋਲੋ ਕਰ ਲਓ ਤੇ ਜੇਕਰ ਇਹ ਪੇਪਰ ਨੂੰ ਡਾਊਨਲੋਡ ਕਰਨਾ ਡਿਸਕ੍ਰਿਪਸ਼ਨ ਵਿੱਚ ਲਿੰਕ ਮਿਲ ਜੇਗਾ ਠੀਕ ਹੈ ਡਾਊਨਲੋਡ ਨਾਉ ਦਾ ਉੱਥੇ ਜਾ ਕੇ ਕਲਿੱਕ ਕਰੋ ਤੇ ਡਾਊਨਲੋਡ ਕਰੋ ਥੈਂਕ ਯੂ ਸੋ ਮਚ